ਪੈਰਿਸ ਓਲੰਪਿਕ 2024 ਦੀ ਸ਼ੁਰੂਆਤ ਹੋਈ ਹੈ। ਦੱਸ ਦਈਏ ਕਿ ਆਮ ਪਰੰਪਰਾ ਤੋਂ ਹਟਦੇ ਹੋਏ 205 ਦੇਸ਼ਾਂ ਦੇ ਐਥਲੀਟਾਂ ਨੇ ਮੀਂਹ ਦੇ ਖਤਰੇ ਦੇ ਵਿਚਕਾਰ ਸੀ ਨਦੀ ਤੇ ਕਿਸ਼ਤੀਆਂ ਦੇ ਵਿੱਚ ਪਰੇਡ ਆਫ ਨੇਸ਼ਨਸ ਦੇ ਵਿੱਚ ਹਿੱਸਾ ਲਿਆ ਅਤੇ ਇਸ ਦੇ ਨਾਲ ਹੀ ਰੋਸ਼ਨੀ ਦੇ ਸ਼ਹਿਰ ਵਿੱਚ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਗਮ ਦੀ ਸ਼ੁਰੂਆਤ ਹੋਈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਮੁਖੀ ਥਾਮਸ ਬੌਕ ਵੀ ਇਸ ਦੌਰਾਨ ਮੌਜੂਦ ਰਹੇ, ਜਿਨ੍ਹਾਂ ਦੇ ਵੱਲੋਂ ਇਸ ਪਰੇਡ ਦੇ ਵਿੱਚ ਵੀ ਸ਼ਿਰਕਤ ਕੀਤੀ ਗਈ। ਦੱਸ ਦਈਏ ਕਿ 6 ਕਿਲੋਮੀਟਰ ਦੀ ਆਸਟ੍ਰੇਲ ਬ੍ਰਿਜ ਤੋਂ ਇਹ ਪਰੇਡ ਸ਼ੁਰੂ ਹੁੰਦੀ ਹੈ, ਜਿਸ ਦੇ ਵਿੱਚ 85 ਕਿਸ਼ਤੀਆਂ ਦੇ ਵਿੱਚ 208 ਦੇਸ਼ਾਂ ਦੇ 1800 ਤੋਂ ਵਧੇਰੇ ਖਿਡਾਰੀ ਸਵਾਰ ਸਨ। ਤਾਂ ਦੱਸ ਦਈਏ ਕਿ ਬੇਹੱਦ ਹੀ ਖੂਬਸੂਰਤ ਨਜ਼ਾਰਾ ਹੈ, ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੈਰਿਸ ਦੇ ਵਿੱਚ ਓਲੰਪਿਕ 2024 ਦੀ ਸ਼ੁਰੂਆਤ ਹੋਈ ਹੈ। ਦੱਸ ਦਈਏ ਕਿ ਭਾਰਤੀ ਦਲ ਦੀ ਅਗਵਾਈ 2 ਝੰਡਾ ਬਰਦਾਰਾਂ ਦੇ ਵੱਲੋਂ ਕੀਤੀ ਗਈ, ਜਿਸ ਦੇ ਵਿੱਚ ਪੀ.ਵੀ. ਸਿੰਧੂ ਅਤੇ ਟੇਬਲ ਟੈਨਿਸ ਦੇ ਮਹਾਨ ਖਿਡਾਰੀ ਅਚੰਤਾ ਸ਼ਰਤ ਕਮਲ ਨੇ ਕੀਤੀ। ਤਾਂ ਦੱਸ ਦਈਏ ਕਿ ਇਸ ਦੌਰਾਨ ਬੇਹੱਦ ਹੀ ਖੂਬਸੂਰਤ ਨਜ਼ਾਰਾ ਰਿਹਾ। ਤਾਂ ਦੱਸ ਦਈਏ ਕਿ ਓਲੰਪਿਕ ਦੇ ਵਿੱਚ ਭਾਰਤ ਦੇ 117 ਖਿਡਾਰੀ ਸ਼ਾਮਿਲ ਸਨ, ਜਿਨ੍ਹਾਂ ਦੇ ਵਿੱਚ 47 ਔਰਤਾਂ ਹਨ। ਤਾਂ ਬੇਹੱਦ ਹੀ ਖੂਬਸੂਰਤ ਨਜ਼ਾਰਾ ਹੈ ਅਤੇ ਜਿਹੜੇ ਮੁਕਾਬਲੇ ਨੇ ਉਹ ਹੋਰ ਵੀ ਰੋਮਾਂਚਕ ਹੋਣਗੇ ਅਤੇ ਉਮੀਦ ਹੈ ਕਿ ਭਾਰਤ ਇਸ ਵਾਰ ਵੱਧ ਤੋਂ ਵੱਧ ਤਗਮੇ ਜਿੱਤੇਗਾ।